ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰ ਸਿੱਧੂ ਅਤੇ ਇੱਧਰ ਮੇਰਾ ਵੀਰਾ ਜੱਸਾ ਢਿੱਲੋਂ ਅਤੇ ਅੱਜ ਆਪਾਂ ਆਏ ਹੋਏ ਹਾਂ ਸਟੂਡੀਓ ਕਨੈਕਟ ਐਫ ਐਮ ਸਰੀ ਦੇ ਵਿੱਚ ਅਤੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਗੇਮ ਜਿਹਦੇ ਵਿੱਚ ਪਤਾ ਕਰਦੇ ਹਾਂ ਕਿ ਮੈਂ ਜੱਸੇ ਢਿੱਲੋਂ ਨੂੰ ਕਿੰਨਾ ਕੁ ਜਾਣਦਾ ਅਤੇ ਉਹ ਬਾਈ ਮੈਨੂੰ ਕਿੰਨਾ ਕੁ ਜਾਣਦਾ ਗੇਮ ਦਾ ਨਾਂ ਹੈਗਾ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਪਹਿਲਾ ਸਵਾਲ ਤੁਹਾਡੇ ਲਈ ਹੈ ਗੁਰ ਸਿੱਧੂ ਦੀ ਡੇਟ ਆਫ ਬਰਥ ਕੀ ਹੈ ਗੁਰ ਸਿੱਧੂ ਦੀ ਡੇਟ ਆਫ ਬਰਥ 11 July 1997 ਓਕੇ ਸਹੀ ਗੁਰ ਸਿੱਧੂ ਦੀ ਹਾਈਟ ਕਿੰਨੀ ਹੈ ਗੁਰ ਸਿੱਧੂ ਦੀ ਹਾਈਟ 6'2" ਸਹੀ ਐਜ਼ ਅ 뮤직 ਪ੍ਰੋਡਿਊਸਰ ਤੁਹਾਡਾ ਕਰੀਅਰ ਦਾ ਪਹਿਲਾ ਟਰੈਕ ਕਿਹੜਾ ਸੀ ਕਰੀਅਰ ਦਾ ਪਹਿਲਾ ਟਰੈਕ ਕੁਛ ਧਾਰਮਿਕ ਜਿਹਾ ਸੀ ਮੈਨੂੰ ਯਾਦ ਨਹੀਂ ਕੁਛ ਧਾਰਮਿਕ ਜਿਹਾ ਸੀ ਵੈਲ ਰਿਮੈਂਬਰ ਨਹੀਂ ਮੈਨੂੰ ਜੰਕ ਫੂਡ ਥੋੜਾ ਜਿਹਾ ਫਾਸਟ ਫੂਡ ਥੋੜਾ ਜਿਹਾ ਸਪਾਈਸੀ ਕਾਈਂਡ ਆਫ ਸਪੈਸ਼ਲ ਡਿਸ਼ ਫ੍ਰੈਂਚ ਫ੍ਰਾਈਜ਼ ਆਸਮੋਸ ਗੁਰ ਦਾ ਸਭ ਤੋਂ ਫੇਵਰੇਟ ਕਾਈਂਡ ਆਫ ਮਿਊਜ਼ਿਕ ਕੀ ਆ ਗੁਰ ਨੂੰ ਪਸੰਦ ਆ ਜੀ ਸਪੈਨਿਸ਼ ਕਾਈਂਡ ਆਫ ਮਿਊਜ਼ਿਕ ਸੋ ਇਹ ਜ਼ਿਆਦਾ ਡੀ ਜੇ ਸਨੇਕ ਅਤੇ ਜੇ ਬਾਲਵਿਨ ਨੇ ਡੀਐਸ ਨੇਕ ਨੂੰ ਸਭ ਤੋਂ ਜ਼ਿਆਦਾ ਇਹ ਟਰਾਈ ਕਰਦਾ ਕਿ ਉਹਨਾਂ ਵਰਗੇ ਬਣਾਏ ਓਕੇ ਸੋ ਦਿਸ ਇਜ਼ ਰਾਈਟ ਆਨਸਰ ਦੈਟਸ ਗੁੱਡ ਗੁਰ ਦੇ ਨਾਲ ਤੁਸੀਂ ਜ਼ਿਆਦਾਤਰ ਰਹਿੰਦੇ ਆ ਸੇਮ ਸ਼ਹਿਰ 'ਚ ਰਹਿੰਦੇ ਆ ਕੰਮ ਅਕਸਰ ਨਾਲ ਹੀ ਕਰਦੇ ਹਾਂ ਇਹਨਾਂ ਦੀ ਫੇਵਰੇਟ ਗੇੜੀ ਰੂਟ ਵਾਲੀ ਜਗ੍ਹਾ ਕਿਹੜੀ ਹੈ ਵੀ ਚਲੋ ਹੁਣ ਗੇੜੀ ਰੂਟ 'ਤੇ ਚੱਲੀਏ ਉਸ ਸ਼ਹਿਰ ਦੇ ਜਿੱਥੇ ਤੁਸੀਂ ਰਹਿੰਦੇ ਆ ਕਿਹੜੀ ਰੂਟ ਇਹਦੀ ਕੋਈ ਸਪੈਸ਼ਲ ਨਹੀਂ ਹੈਗੀ ਜੀ ਇਹ ਇਕੱਲਾ ਲਾਈਕ ਘਰ ਹੀ ਕੁਛ ਸੋ ਇਹ ਗੇੜੀ ਰੂਟ 'ਤੇ ਆਉਂਦਾ ਹੁੰਦਾ ਇੱਕ ਸਾਡਾ ਘਰ ਆ ਸੋ ਚਾਰੇ ਪਾਸੇ ਘੁੰਮ ਕੇ ਆ ਜਾਂਦਾ ਦੈਟ ਸੀਨ ਕਹਿੰਦੀ ਉਹ ਕਿਹੜੀ ਮਾਰਦਾ ਬੰਦਾ ਸਾਡਾ ਚਲੋ ਦੇਖਦੇ ਹਾਂ ਕਿੱਥੇ ਪਰ ਇਹ ਗੱਲ ਸਹੀ ਹੈ ਗੁਰ ਦੇ ਪਿੰਡ ਦਾ ਨਾਮ ਕੀ ਗੁਰ ਦੇ ਪਿੰਡ ਦਾ ਨਾਮ ਹੈ ਜੀ ਚੱਕ ਫਤਿਹ ਗੁਰ ਸਿੱਧੂ ਦੀ ਇੰਸਟਾ ਆਈਡੀ ਕੀ ਹੈ ਐਗਜ਼ੈਕਟਲੀ ਕੀ ਹੈ ਵੀ ਗੁਰ ਸਿੱਧੂ ਦੀ ਐਗਜ਼ੈਕਟਲੀ ਆਈਡੀ ਹੈ ਜੀ ਗੁਰ ਸਿੱਧੂ ਇੰਸਟਾ ਜੀ iPhone 10 iPhone X ਯਾ iPhone X ਓਕੇ ਦੇਖੀ X ਹੈ ਕਿ XR ਹੈ iPhone X ਹੈ Max ਹੋ ਸਾਈਜ਼ ਵੱਡਾ ਹੁੰਦਾ ਐਗਜ਼ੈਕਟ ਸਾਈਜ਼ ਨਹੀਂ ਗੈਸ ਕਰ ਸਕਦਾ ਮੈਂ ਯਾ ਗੁਰ ਸਿੱਧੂ ਦਾ ਘਰ ਦਾ ਨਾਮ ਪਿੰਡ ਦਾ ਨਾਮ ਕੀ ਨਿਕਨੇਮ ਕੀ ਹੈ ਸਿੰਮੂ ਕਹਿੰਦੇ ਨੇ ਸਿੰਮੂ ਯਾ ਓਕੇ ਇਜ਼ ਇਟ ਕਰੈਕਟ ਬਿਲਕੁਲ ਠੀਕ ਸਿੰਮੂ ਗੁਰ ਸਿੱਧੂ ਦੀ ਡ੍ਰੀਮ ਕਾਰ ਕਿਹੜੀ ਹੈ ਕਰ ਲੈਣੀ ਇਹਨੂੰ ਖੇਤੀ 6x6 ਜੀ ਵੈਗਨ ਕਾਫੀ ਵਧੀਆ ਖੇਡ ਰਿਹਾ ਤੁਸੀਂ ਕਾਫੀ ਗੁਰ ਨੂੰ ਵੈਸੇ ਤਾਂ ਜੀ ਗੁੱਸਾ ਕਰਦਾ ਹੀ ਨਹੀਂ ਇਹ ਬਟ ਪਰ ਗੁੱਸਾ ਨਹੀਂ ਕਰਦਾ ਇਹ ਗੁੱਸਾ ਕਰਦਾ ਕਦੀ ਜਦੋਂ ਕੋਈ ਇੰਨੀ ਗੱਲ ਨਾ ਧਿਆਨ ਨਾਲ ਸੁਣੇ ਜਾਂ ਕੋਈ ਇਹਨੂੰ ਲਾਈਕ ਧਿਆਨ ਨਾਲ ਗੱਲ ਨਾ ਸੁਣੇ ਦੈਟਸ ਇਟ ਯਾਰ ਚਲੋ ਦੇਖਦੇ ਕੀ ਜਵਾਬ ਤਾਂ ਕੋਈ ਰਿਕਾਰਡਿੰਗ 'ਚ ਲੇਟ ਹੋ ਜਾਵੇ ਜਾਂ ਉਹੀ ਧਿਆਨ ਨਾਲ ਗੱਲ ਨਾ ਸੁਣੀ ਤਾਂ ਹੀ ਰਿਕਾਰਡਿੰਗ 'ਚ ਲੇਟ ਹੋਇਆ ਬੰਦਾ ਹਾਂ ਬਸ ਤੁਸੀਂ ਮੈਚ ਕਰਨ ਦੀ ਕੋਸ਼ਿਸ਼ ਕਰ ਲਓ ਪਰ ਹੈ ਨਹੀਂ ਸਹੀ ਜਵਾਬ ਮੈਚ ਤਾਂ ਚਲੋ ਕੋਈ ਨਹੀਂ ਗੁਰ ਦੀ ਸਭ ਤੋਂ ਫੇਵਰੇਟ ਟੀਮ ਹੋਟਲ ਦੀ ਕਾਫੀ ਕਿਹੜੀ ਆਈਸ ਕੈਪ ਓਕੇ ਚਲੋ ਗੁੱਡ ਸ਼ੋਪਿੰਗ ਵੇਲੇ ਗੁਰ ਦਾ ਸਭ ਤੋਂ ਫੇਵਰੇਟ ਕੱਪੜੇ ਦਾ ਬ੍ਰਾਂਡ ਕਿਹੜਾ ਹੈ ਇੱਕ ਤੋਂ ਸਭ ਜ਼ਿਆਦਾ ਕੱਪੜੇ ਲੈਣੇ ਕਾਈਂਡ ਆਫ ਫੋਰਮਲ ਪਸੰਦ ਕਰਦਾ ਹੈ ਬ੍ਰਾਂਡ ਦਾ ਨਾਮ ਸੋ ਫੋਰਮਲ ਵਿੱਚ ਬ੍ਰਾਂਡ ਦਾ ਨਹੀਂ ਕੋਈ ਸਪੈਸੀਫਿਕ ਪਸੰਦ ਕਰਦਾ ਹੈ ਕੱਪੜੇ ਦੀ ਲੁੱਕ ਲਾਈਕ ਪਸੰਦ ਕਰਦਾ ਸਿਰਫ ਚਲੋ ਦੇਖਦੇ ਕੀ ਜਵਾਬ ਗੁੱਚੀ ਸਾਰੇ ਸਵਾਲ ਦੇ ਆਈ ਥਿੰਕ ਤੁਸੀਂ ਕਾਫੀ ਹੱਦ ਤੱਕ ਸਹੀ ਜਵਾਬ ਦਿੱਤੇ ਜੀ ਗੁਰ ਭਾਜੀ ਤੁਹਾਨੂੰ ਕਿੰਨਾ ਚਾਹੀਦਾ ਕਾਫੀ ਜਾਣਦਾ ਲੱਸੀ ਜੱਸੇ ਦਾ ਡੇਟ ਆਫ ਬਰਥ ਕੀ ਹੈ ਡੇਟ ਆਫ ਬਰਥ ਇਹਦਾ ਹੈਗਾ ਜੀ 7 November ਓਕੇ ਨਵੰਬਰ ਚਲੋ ਇਹ ਵੀ ਠੀਕ ਹੈ ਜੱਸੇ ਦੀ ਹਾਈਟ ਕਿੰਨੀ ਜੱਸੇ ਦੀ ਹਾਈਟ ਹੈਗੀ ਹੈ 5'8" ਜਾਂ 9 5'8" ਜਾਂ 9 5'9 ਚਲੋ ਦੱਸ ਓਕੇ ਜੱਸੇ ਦਾ
ਕਮਰਸ਼ੀਅਲੀ ਪਹਿਲਾ ਟਰੈਕ ਕਿਹੜਾ ਸੀਗਾ ਭਾਵੇਂ ਲਿਖਿਆ ਹੋਵੇ ਭਾਵੇਂ ਗਾਇਆ ਹੋਵੇ ਪਿਆਰ ਬੋਲਦਾ ਐਗਜ਼ੈਕਟਲੀ ਜੱਸੇ ਦੀ ਫੇਵਰੇਟ ਖਾਣ ਪੀਣ ਦੀ ਚੀਜ਼ ਕਿਹੜੀ ਹੈ ਤਾਂ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਪਰ ਚਲੋ ਠੀਕ ਹੈ ਤੁਸੀਂ ਨਾਲ ਕਾਫੀ ਰਹਿੰਦੇ ਹਾਂ ਇਹ ਵੈਸੇ ਬਾਹਰਲਾ ਕਾਤੀ ਖਾ ਕੇ ਰਾਜ਼ੀ ਹੈ ਘਰ ਦਾ ਖਾ ਕੇ ਰਾਜ਼ੀ ਹੈ ਅਤੇ ਮੇਰੇ ਕਹਿੰਦੇ ਜਿਵੇਂ ਕਿ ਟ੍ਰੈਕ ਨੂੰ ਵੀ ਕਰ ਸੁਣਦੇ ਨੇ ਪੁਰਾਣਿਆਂ ਚੋਂ ਜਿਵੇਂ 50 ਸੈਂਟ ਹੋ ਗਿਆ ਜਾਂ ਹੋਰ ਇੱਦਾਂ ਓਕੇ ਲੈਟਸ ਸੀ ਕੀ ਜਵਾਬ ਹੈ ਹਿਪ ਹੌਪ ਹੈ ਜੀ ਹਿਪ ਹੌਪ ਹੈ ਤੁਸੀਂ ਨਾਲ ਰਹਿੰਦੇ ਇਹਨਾਂ ਦੇ ਫੇਵਰੇਟ ਜਿਹੜੀ ਰੂਟ ਵਾਲੀ ਜਗ੍ਹਾ ਕਿਹੜੀ ਹੈ ਮੋਸਟਲੀ ਅਸੀਂ ਇਕੱਠੇ ਜਾਂਦੇ ਹੁੰਦੇ ਹਾਂ ਗਾਣੇ ਗੁਣੇ ਸੁਣਨੇ ਅਤੇ ਜਿਹੜਾ ਬਣਾ ਲਿਆ ਗਾਣਾ ਉਹਦਾ ਜਾਂ ਕਿਹੜੀ ਲੱਗ ਗਈ ਇਹਨਾਂ ਦੇ ਗਾਣਾ ਸੁਣ ਕੇ ਜੇ ਕਦੀ ਇੱਦਾਂ ਹੁੰਦਾ ਸਿਸਟਮ ਬਟ ਮੋਸਟਲੀ ਇੱਦਾਂ ਹੁੰਦਾ ਕਿ ਅਸੀਂ ਆਪਣੇ ਫਰੈਂਡਸ ਦੇ ਘਰ ਜਾਂਦੇ ਹੁੰਦੇ ਹਾਂ ਜੱਸਾ ਹੀ ਕਹਿੰਦੇ ਜੀ ਮੇਰੇ ਖਿਆਲ ਨਾਲ ਜੱਸਾ ਹੀ ਆ ਜੱਸੇ ਤੋਂ ਬਿਨਾਂ ਹੋਰ ਕੋਈ ਨਾਮ ਨਹੀਂ ਹੈਗਾ ਜਸਪਾਲ ਇਹਦਾ ਪੂਰਾ ਨਾਮ ਆ ਉਹ ਵੀ ਕਹਿ ਦਿੰਦੇ ਮੇਰੇ ਖਿਆਲ ਨਾਲ ਜੱਸੇ ਦੀ ਡ੍ਰੀਮ ਕਾਰ ਕਿਹੜੀ ਜੱਸੇ ਦੀ ਡ੍ਰੀਮ ਕਾਰ ਹੈਗੀ GTR ਨਹੀਂ ਦੱਸਦਾ ਮੈਂ ਸਹੀ ਜਵਾਬ ਹਾਂਜੀ GTR ਠੀਕ ਹੈ ਕਿਹੜੀ ਗੱਲ ਗੁੱਸਾ ਹੁੰਦਾ ਜੱਸੇ ਨੂੰ ਸਭ ਤੋਂ ਜ਼ਿਆਦਾ ਜੱਸੇ ਨੂੰ ਗੱਲੋਂ ਕਿਸੇ ਵੀ ਨਿੱਕੀ ਗੱਲ ਤੋਂ ਇਹ ਕਾਫੀ ਗੁੱਸੇ ਵਾਲਾ ਬੰਦਾ ਹੈ ਇਹਨੂੰ ਕਿਸੇ ਵੀ ਨਿੱਕੀ ਜਿਹੀ ਗੱਲ ਤੋਂ ਗੁੱਸਾ ਆ ਸਕਦਾ ਕਦੋਂ ਟੈਮ ਤੋਂ ਜਾਂ ਸਟਾਰਬਕਸ ਤੋਂ ਕਿਹੜੀ ਕੌਫੀ ਜਿਹੜੀ ਆ ਤੁਸੀਂ ਸਭ ਤੋਂ ਜ਼ਿਆਦਾ ਇਹ ਲਾਈਕ ਕਰਦੇ ਔਡਰ ਕਰੀ ਹਰ ਵਾਰੀ ਮੋਸਟਲੀ ਇਹ ਟ੍ਰਿਪਲ ਟ੍ਰਿਪਲ ਕਾਫੀ ਪੀਂਦਾ ਹੁੰਦਾ ਇੱਥੇ ਮਾਰ ਖਾ ਗਿਆ ਤੂੰ ਡਬਲ ਡਬਲ ਟ੍ਰਿਪਲ ਟ੍ਰਿਪਲ ਅੱਛਾ ਡਬਲ ਡਬਲ ਜੱਸੇ ਦਾ ਫੇਵਰੇਟ ਕੱਪੜਿਆਂ ਦਾ ਬ੍ਰਾਂਡ ਜੱਸੇ ਦਾ ਫੇਵਰੇਟ ਕੱਪੜਿਆਂ ਦਾ ਬ੍ਰਾਂਡ ਮੇਰੇ ਖਿਆਲ ਨਾਲ ਡੀਜ਼ਲ ਡੀਜ਼ਲ ਹੋਊਗਾ ਜਾਂ ਫਿਰ ਨਾਈਕ ਡੀਜ਼ਲ ਹੀ ਹੈ ਸ਼ਾਇਦ ਪਰਟੀਕੁਲਰ ਕੋਈ ਬ੍ਰਾਂਡ ਤਾਂ ਨਹੀਂ ਹੈਗਾ ਬਟ ਮੈਂ ਲਾਈਕ ਪਸੰਦ ਕਰਦਾ ਵਾਂ ਕਿ ਕੱਪੜਾ ਵਧੀਆ ਹੋਣਾ ਚਾਹੀਦਾ ਸੋਹਣਾ ਦੇ ਲਾਈਕ ਵਧੀਆ ਹੋਣਾ ਚਾਹੀਦਾ ਹਾਂ ਗੁੱਡ ਲੁਕਿੰਗ ਦੈਟਸ ਇਟ ਯਾ ਗੱਲ ਇਦਾਂ ਕਿਉਂਕਿ ਆਪਾਂ ਡੀਜ਼ਲ ਜ਼ਿਆਦਾ ਪਰਚੇਸ ਕਰਦੇ ਆ ਦੈਟਸ ਵਾਈ ਯਾ ਗੁੱਡ ਗੁੱਡ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮਚ ਫॉर ਕਮਿੰਗ ਅੱਜ ਥੈਂਕ ਯੂ ਤੁਹਾਨੂੰ ਕਿਸ ਤਰ੍ਹਾਂ ਲੱਗੀ ਗੇਮ ਬਹੁਤ ਵਧੀਆ ਜੀ ਨਾਲੇ ਅੱਜ ਕੁਝ ਐਕਸਟਰਾ ਪਤਾ ਲੱਗਾ ਸਾਨੂੰ ਇੱਕ ਦੂਜੇ ਬਾਰੇ ਯਾ ਪਹਿਲੀ ਵਾਰ ਕਾਫੀ ਵਧੀਆ ਜਾਣਦੇ ਹਾਂ ਹਾਂਜੀ ਬਿਲਕੁਲ ਜੀ ਥੈਂਕ ਯੂ ਜੀ ਆਪਾਂ ਇੰਟਰਵਿਊ ਇੱਥੇ ਐਂਡ ਕਰਦੇ ਹਾਂ ਐਂਡ ਫਿਰ ਦੁਬਾਰਾ ਆਇਓ ਜ਼ਰੂਰ ਜੀ ਨੈਕਸਟ ਟਾਈਮ ਫੋਰ ਸ਼ੋਰ ਆਖਰੀ ਸਤਿ ਸ਼੍ਰੀ ਅਕਾਲ ਅਤੇ ਨੈਕਸਟ ਟਾਈਮ ਦੁਬਾਰਾ ਫਿਰ ਸਤਿ ਸ਼੍ਰੀ ਅਕਾਲ ਕਰਾਂਗੇ ਬਾਏ ਬਾਏ